ਸਭ ਤੋਂ ਪਹਿਲਾਂ ਮੈਂ ਸਾਰੀ ਪ੍ਰੈਸ ਦਾ ਧੰਨਵਾਦ ਕਰ ਦਿੰਦਾ ਛੋਟੇ ਜਿਹੇ ਸਬਜੈਕਟ ਤੁਸੀਂ ਸਾਰੇ ਨਾਮ ਕੀ ਮੇਰਾ ਨਾਮ ਅਕਸ਼ ਸ਼ਰਮਾ ਜੀ ਅਤੇ ਮੈਂ ਜ਼ਿਲ੍ਹਾ ਪ੍ਰਧਾਨ ਹੈ ਐਸ ਓ ਆਈ ਸਟੂਡੈਂਟ ਆਰਗਨਾਈਜੇਸ਼ਨ ਦਾ ਸ਼੍ਰੋਮਣੀ ਅਕਾਲੀ ਦਲ। ਅੱਜ ਪ੍ਰੈਸ ਕਾਨਫਰੰਸ ਕਰਨ ਦਾ ਜਿਹੜਾ ਸਾਡਾ ਮਕਸਦ ਇਹ ਸੀਗਾ ਵੀ ਅੱਜ ਮੈਂ ਆਪਦੇ ਅਹੁਦੇ ਤੋਂ ਅਸਤੀਫਾ ਦੇ ਰਿਹਾ, ਬੜੇ ਦੁਖੀ ਮਨ ਨਾਲ ਅਸਤੀਫਾ ਦੇ ਰਿਹਾ ਕਿਉਂਕਿ ਮੈਂ ਪਾਰਟੀ ਦਾ ਬੜਾ ਵਫਾਦਾਰ ਵਰਕਰ ਰਿਹਾ। 12 ਤੋਂ 15 ਸਾਲ ਹੋ ਚੱਲੇ ਨੇ ਤਕਰੀਬਨ ਮੈਨੂੰ ਪਾਰਟੀ ਨਾਲ ਜੁੜੇ ਨੂੰ। ਪਿਛਲੇ ਜਦੋਂ ਪਿਛਲੇ ਇਲੈਕਸ਼ਨ ਸੀ ਉਦੋਂ ਮੈਨੂੰ ਪ੍ਰਧਾਨ ਬਣਾਇਆ ਗਿਆ ਸੀ ਐਸ ਓ ਆਈ ਦਾ, ਐਤਕੀ ਮੈਨੂੰ ਇਲੈਕਸ਼ਨਾਂ ਤੋਂ ਪਹਿਲਾਂ 2 ਸਾਲ ਪਹਿਲਾਂ ਜਦੋਂ ਇਲੈਕਸ਼ਨ ਹੋਈ ਸੀ ਆਪਣੇ ਉਦੋਂ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਸੀ। ਕਾਰਨ ਇਹ ਸੀਗੇ ਸਰ ਵੀ ਜਿਹੜੇ ਦੂਜੀ ਪਾਰਟੀਆਂ ਤੋਂ ਲੀਡਰ ਆ ਜਾਂਦੇ ਨੇ ਸੀਨੀਅਰ ਲੀਡਰਾਂ ਦੀ ਜਿਹੜੇ ਜਾਂ ਜਿਹੜੇ ਵਰਕਰ ਕੰਮ ਕਰ ਰਹੇ ਹੁੰਦੇ ਆ ਉਹਨਾਂ ਦੀ ਫਿਰ ਉਹ ਉਹਨਾਂ ਨੂੰ ਦੂਜਿਆਂ ਨੂੰ ਅਹੁਦੇ ਦੇ ਦਿੱਤੇ ਜਾਂਦੇ ਨੇ, ਜਿਹੜਾ ਆਮ ਵਰਕਰ ਪਹਿਲੀ ਪਾਰਟੀ 'ਚ ਕੰਮ ਕਰ ਰਿਹਾ ਉਹਨਾਂ ਦਾ ਮੁੱਲ ਪੈਂਦਾ ਨਹੀਂ ਗਾ। ਇੱਕ ਜਿਹੜੀ ਲੋਕਲ ਲੀਡਰਸ਼ਿਪ ਹੈ ਉਹ ਬਿਨਾਂ ਪੁੱਛੇ ਪਾਰਟੀ ਦੇ ਜਿਹੜੇ ਅਹਿਮ ਜਿਹੜੇ ਅਹੁਦੇਦਾਰ ਹੁੰਦੇ ਆ ਉਹਨਾਂ ਤੋਂ ਬਿਨਾਂ ਪੁੱਛੇ ਹੀ ਨਿਯੁਕਤ ਕਰ ਦਿੱਤੇ ਜਾਂਦੇ ਆ ਅਤੇ ਫਿਰ ਸਾਨੂੰ ਦੱਸਿਆ ਵੀ ਨਹੀਂ ਜਾਂਦਾ, ਨਾ ਕੋਈ ਮੀਟਿੰਗਾਂ ਬਾਰੇ ਦੱਸਿਆ ਜਾਂਦਾ, ਜਿਹੜਾ ਨਿਯੁਕਤ ਕੀਤਾ ਉਹਦੇ ਬਾਰੇ ਵੀ ਨਹੀਂ ਦੱਸਿਆ ਜਾਂਦਾ। ਪਾਰਟੀ ਦੇ ਇੰਨੇ ਬੁਰੇ ਹਾਲਾਤ ਹੋ ਗਏ ਕਿ ਸਾਡੇ ਨਾਲ ਸਿਰਫ ਸੰਪਰਕ ਜਿਹੜੇ ਪੀਏ ਕਰਦੇ ਨੇ, ਸਾਨੂੰ ਕਦੇ ਵੀ ਪ੍ਰਧਾਨ ਸਾਹਿਬ ਨਾਲ ਮਿਲਣ ਦਿੱਤਾ ਨਹੀਂ ਜਾਂਦਾ, ਠੀਕ ਹੈ ਜੀ। ਅਤੇ ਸਾਡੀ ਜਿਹੜੀ ਲੋੜ ਹੁੰਦੀ ਆ ਉਹਨਾਂ ਨੂੰ ਵੋਟਾਂ ਵੇਲੇ ਸਿਰਫ ਬੱਸਾਂ ਭਰਨ ਵੇਲੇ ਯਾਦ ਆਉਂਦੀ ਆ ਵੀ ਬਾਈ ਜੀ ਬੱਸਾਂ ਭਰਨੀਆਂ, ਅੱਜ ਆਹ ਇੱਥੇ ਫੰਕਸ਼ਨ ਆ, ਪ੍ਰਧਾਨ ਜੀ ਨੇ ਆਉਣਾ, 50 ਬੰਦੇ ਦੇਣੇ ਆ, 100 ਬੰਦੇ ਤੁਹਾਡੇ ਲਿਖੇ ਨੇ। ਸਾਡਾ ਕਦੇ ਵੀ ਹਾਲਾਤ ਕਦੇ ਪੁੱਛੇ ਨਹੀਂ, ਸਾਡੇ ਤੋਂ ਕਦੇ ਇਹ ਨਹੀਂ ਪੁੱਛਿਆ ਵੀ ਤੁਹਾਨੂੰ ਕਿਸੇ ਚੀਜ਼ ਦੀ ਕੋਈ ਪ੍ਰੋਬਲਮ ਤਾਂ ਨਹੀਂ। ਤਕਰੀਬਨ 2 ਸਾਲ ਤੋਂ ਮੈਨੂੰ ਮੈਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਮੇਰੇ ਨਾਲ ਕਿਸੇ ਨੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਨਹੀਂ। ਪ੍ਰਧਾਨ ਸਾਹਿਬ ਨੂੰ ਤਾਂ ਸਾਡੇ ਜਿਹੜੇ ਅਗਲੇ ਉਹਨਾਂ ਦੇ ਪੀਏ ਹੁੰਦੇ ਆ ਉਹ ਮਿਲਣੇ ਨਹੀਂ ਦਿੰਦੇ, ਅਤੇ ਜਿਹੜੀ ਲੋਕਲ ਲੀਡਰਸ਼ਿਪ ਹੁੰਦੀ ਆ ਉਹ ਮੂਹਰੇ ਹੋ ਜਾਂਦੀ, ਜਿਹੜੇ ਤਾਂ ਜਿਹੜੇ ਅਹੁਦੇਦਾਰ ਹੁੰਦੇ ਆ ਜਾਂ ਜਿਹੜੇ ਪਾਰਟੀ ਦੇ ਵਰਕਰ ਹੁੰਦੇ ਆ ਉਹ ਅਧੀਨਤਾ ਮੰਨ ਲੈਂਦੇ ਆ, ਉਹਨਾਂ ਨੂੰ ਤਾਂ ਠੀਕ ਆ ਨਹੀਂ, ਦੂਜੇ ਬੰਦੇ ਦਾ ਅਕਸ ਨੂੰ ਜ਼ੀਰੋ ਕਰ ਦਿੰਦੇ ਆ ਇਹ, ਅਤੇ ਸੋਸ਼ਲ ਮੀਡੀਆ 'ਤੇ ਉਹਦੇ ਖਿਲਾਫ਼ ਉਲਟ ਕਮੈਂਟ ਵੀ ਆਉਂਦੇ ਆ, ਸਾਰਾ ਕੁਛ ਹੁੰਦਾ। ਇਹ ਨਾ ਹੁਣ ਇੱਕ ਲੋਕਤਾਂਤਰਿਕ ਪਾਰਟੀ ਨਹੀਂ ਰਹਿ ਗਈ ਅਕਾਲੀ ਦਲ, ਇਹਨੂੰ ਇੱਕ ਪ੍ਰਾਈਵੇਟ ਲਿਮਿਟਡ ਬਣਾ ਦਿੱਤਾ ਗਿਆ। ਪਾਰਟੀ ਦੇ ਜਿਹੜੇ ਆਪਣੇ ਜਿਹੜੇ ਉੱਚੜ ਜੇ ਆਪਣੇ ਕਹਿ ਦਿੰਦੇ ਹੁੰਦੇ ਆ ਵੀ ਜਿਹੜੇ ਇਹਨਾਂ ਦੇ ਸੋਸ਼ਲ ਮੀਡੀਆ ਵਾਲੇ ਹੁੰਦੇ ਆ ਉਹ ਕਮੈਂਟ ਇੱਦਾਂ ਦੇ ਗੰਦੇ ਗੰਦੇ ਕਰਦੇ ਦੂਜੇ ਦੇ ਅਕਸ ਬਾਰੇ। ਫਿਰ ਤੁਹਾਨੂੰ ਪਤਾ ਵੀ ਜਿਹੜੇ ਪਿੱਛੇ ਜੇ ਆਹ ਮੇਅਰ ਵਾਲਾ ਰੌਲਾ ਪਿਆ ਸੀਗਾ ਜੀ, ਮੇਅਰ ਵਾਲੇ ਰੌਲੇ 'ਚ ਸਿਰਫ ਵੋਟਿੰਗ ਕੀਤੀ ਸੀਗੀ ਬਿਨਾਂ ਪੱਖ ਜਾਣੇ ਅਤੇ ਉਹਨਾਂ ਨੂੰ ਪਾਰਟੀ 'ਚੋਂ ਬਾਹਰ ਕੱਢ ਦਿੱਤਾ ਗਿਆ, ਤਾਂ ਹਾਲਾਂਕਿ ਉਹਨਾਂ ਨੂੰ ਵਿਚਾਰਿਆਂ ਨੂੰ ਕਿੰਨਾ ਟਾਈਮ ਹੋ ਗਿਆ, ਸਾਡੇ ਭਰਾ ਆ ਵੱਡੇ ਉਹਨਾਂ ਨੂੰ ਵੀ ਕਿੰਨਾ ਟਾਈਮ ਕਹਿੰਦਾ ਅਸੀਂ ਕੋਈ ਉਹਨਾਂ ਦੀ ਕੋਈ ਸਾਰ ਨਹੀਂ ਲਈ, ਗੱਲਬਾਤ ਪੱਖ ਰੱਖਣ ਦੀ ਵੀ ਇੱਕ ਵਾਰੀ ਪ੍ਰਧਾਨ ਸਾਹਿਬ ਨੇ ਕੋਸ਼ਿਸ਼ ਨਹੀਂ ਕੀਤੀ। ਉਹ ਵੀ ਉਹੀ ਹੈ ਵੀ ਉਹਨਾਂ ਜਿਹੜੇ ਪੀਏ ਸਮਝਾ ਦਿੰਦੇ ਨੇ ਉਹ ਪੂਰੇ ਹੋਣ ਹੀ ਨਹੀਂ ਦਿੰਦੇ ਜੀ, ਸਾਨੂੰ ਵੀ ਨਹੀਂ ਕਦੇ ਹੋਣ ਦਿੱਤਾ। ਬਾਕੀ ਜੇ ਸਾਡੇ ਹੁਣ ਕੋਈ ਸਾਰ ਨਹੀਂ ਲਊਗਾ, ਹੁਣ ਮੈਂ ਤੁਹਾਨੂੰ ਦੱਸ ਰਿਹਾ ਵੀ ਜਿਵੇਂ ਇਲੈਕਸ਼ਨ ਆ ਰਹੇ ਆ ਹਾਲੇ ਤੱਕ ਤਾਂ ਸਾਨੂੰ ਪੁੱਛਿਆ ਨਹੀਂ, ਪਰ ਹੁਣ ਜੇ ਮੈਂ ਜਾ ਕੇ ਹਿਮਾਲਿਆ ਪਰਬਤ ਦੀਆਂ ਪਹਾੜੀਆਂ ਦੇ ਵਿੱਚ ਲੁੱਕ ਜਾਣਾ ਤਾਂ ਹੁਣ ਇਲੈਕਸ਼ਨਾਂ ਵੇਲੇ ਮੈਨੂੰ ਉੱਥੋਂ ਵੀ ਲੱਭ ਲਿਆਉਣਗੇ। ਵੀ ਮਤਲਬ ਐਡਾ ਬੁਰਾ ਹਾਲ ਹੈ ਵੀ ਜੋ ਮੈਂ ਯੂਥ ਨੂੰ ਇੱਕ ਮੈਸੇਜ ਦੇਣਾ ਚਾਹੁੰਦਾ ਵੀ ਅਸੀਂ ਤਾਂ ਅਤੇ 12 ਤੋਂ 15 ਸਾਲ ਪਾਰਟੀ ਦੇ ਲਈ ਕੀਤਾ ਅਤੇ ਸਪੋਇਲ ਵੀ ਕੀਤੇ ਹੈਗੇ, ਸਾਡੀ ਕਿਸੇ ਨੇ ਸਾਰ ਨਹੀਂ ਲਈ, ਸਾਡਾ ਕੋਈ ਕੰਮ ਨਹੀਂ। ਮੰਨ ਲਓ ਮੇਰੇ ਨਾਲ ਇੰਨਾ ਯੂਥ ਜੁੜਿਆ ਹੋਇਆ, ਜੇ ਕਿਸੇ ਦਾ ਕੋਈ ਕੰਮ ਮੈਂ ਤਾਂ ਹੀ ਦਰਾਸ ਕਰਦਾ ਜਦੋਂ ਮੇਰੇ ਪਰਸਨਲ ਕੰਮ ਆਪਦੇ ਨਹੀਂ ਹੋਏ, ਮੇਰੀ ਸੁਣਵਾਈ ਨਹੀਂ ਹੋ ਰਹੀ, ਮੈਨੂੰ ਕਦੇ ਪ੍ਰਧਾਨ ਸਾਹਿਬ ਨਾਲ ਮਿਲਣ ਹੀ ਨਹੀਂ ਦਿੱਤਾ ਗਿਆ। ਜਿਹੜੇ ਸਾਡੇ ਪੰਜਾਬ ਦੇ ਕੌਮੀ ਪ੍ਰਧਾਨ ਹੈਗੇ ਐਸ ਓ ਈ ਦੇ, ਕਦੇ ਉਹਨਾਂ ਨੇ ਵੀ ਮੇਰੇ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਹੈਗੀ। ਮੈਂ ਜ਼ਰੂਰ ਟਰਾਈ ਕੀਤਾ, ਪਤਾ ਨਹੀਂ ਕੋਈ ਰੁਝੇਵਿਆਂ ਕਰਕੇ ਆ, ਪਤਾ ਨਹੀਂ ਕਿਹੜੇ ਨਾਲ ਗੱਲਾਂ ਕਰਕੇ, ਮਤਲਬ ਇਹ ਕੁਝ ਜਿਹੜੇ ਕਾਰਨ ਸੀਗੇ ਅੱਜ ਜਿੰਨਾ ਕਰਕੇ ਅਸੀਂ ਅਸਤੀਫਾ ਦੇ ਰਿਹਾ। ਕਿੰਨਾ ਚਿਰ ਹੋਇਆ ਆਪਣਾ ਐਸ ਓ ਜੀ ਪ੍ਰਧਾਨ ਬਣਨ? ਮੈਨੂੰ ਐਸ ਓ ਜੀ ਦੇ ਪ੍ਰਧਾਨ ਬਣਨ ਜੀ ਇਲੈਕਸ਼ਨਾਂ ਤੋਂ ਪਹਿਲਾਂ, ਜਦੋਂ ਐਮ ਐਲ ਏ ਇਲੈਕਸ਼ਨ ਸੀ ਉਸ ਤੋਂ ਪਹਿਲਾਂ ਮੈਨੂੰ ਅਨਾਊਂਸ ਕੀਤਾ ਸੀਗਾ, ਉਹਦੀ ਮੈਂ ਜਿਹੜੀ ਕਾਪੀ ਹੈ। ਕਿੰਨਾ ਚਿਰ ਹੋ ਗਿਆ ਲੱਗਭਗ? ਲਗਭਗ 2-2.5 ਸਾਲ ਹੋ ਗਏ। ਸੁਖਬੀਰ ਬਾਦਲ ਨੂੰ ਮਿਲਣ ਨੂੰ ਕਿੰਨਾ ਚਿਰ? ਬਾਦਲ ਸਾਹਿਬ ਨੂੰ ਮਿਲਣ ਤਾਂ ਮੈਨੂੰ ਵੀ ਲੱਗਦਾ 2 ਸਾਲ ਹੋ ਗਏ ਹੋਣੇ, 2-2.5 ਸਾਲ ਪਹਿਲਾਂ ਉਹਦੀ ਇਲੈਕਸ਼ਨਾਂ ਵੇਲੇ ਮਿਲੇ ਸੀ। ਉਸ ਤੋਂ ਬਾਅਦ ਅਸੀਂ ਕੋਸ਼ਿਸ਼ ਕੀਤੀ ਹੈ ਜੀ, ਸਾਨੂੰ ਮਿਲਣ ਨਹੀਂ ਦਿੱਤਾ ਲੋਕਲ ਲੀਡਰਸ਼ਿਪ ਨੇ। ਪਹਿਲਾਂ ਤਾਂ ਜਿਹੜੇ ਲੋਕਲ ਲੀਡਰ ਸੀ ਉਹੀ ਚੇਂਜ ਹੋ ਗਏ। ਅਸੀਂ ਪਾਰਟੀਆਂ ਜਦੋਂ ਇਲੈਕਸ਼ਨ ਹੁੰਦੇ ਆ ਨਾ ਯੂਥ ਨੂੰ ਮੂਹਰੇ ਕਰ ਦਿੱਤਾ ਜਾਂਦਾ ਅਤੇ ਪਰਚਿਆਂ ਵਾਸਤੇ ਸਿਰਫ ਯੂਥ ਦੀ ਲੋੜ ਹੁੰਦੀ ਹੈ ਜਾਂ ਬੱਸਾਂ ਭਰਨ ਲਈ ਜਾਂ ਇਕੱਠ ਕਰਨ ਲਈ।
ਹਾਲਾਂਕਿ ਸਾਰ ਸਾਡੇ ਕਦੇ ਨਹੀਂ ਲਏ ਗਏ। ਜੇ ਹੁਣ ਮੰਨ ਲਓ ਮੇਰੇ ਨਾਲ ਇੰਨਾ ਯੂਥ ਖੜਾ, ਯੂਥ ਜੁੜੇ ਆ, ਬਾਕੀ ਕਾਲਜਾਂ ਦੇ ਮੁੰਡੇ ਜੁੜੇ ਆ, ਮਹੱਲਿਆਂ ਦੇ ਜੁੜੇ ਆ, ਮੈਂ ਉਹਨਾਂ ਦੀਆਂ ਪ੍ਰੋਬਲਮਾਂ ਤਾਂ ਹੀ ਸੋਲਵ ਕਰ ਸਕਦਾ ਜੇ ਮੇਰੀਆਂ ਪ੍ਰੋਬਲਮਾਂ ਸੁਣੀਆਂ ਜਾਣਗੀਆਂ। ਦੇਖੋ ਜੀ, ਅੱਜ ਤਾਂ ਹਲੇ ਤਾਂ ਮੈਂ ਹੀ ਕਰ ਰਿਹਾ ਗਾ, ਬਾਕੀ ਜਿਹੜੇ ਓਫੀਸ਼ਲੀ ਜੇ ਕੋਈ ਕਿਸੇ ਨੂੰ ਦਿੱਤੇ ਹੋਣਗੇ, ਮੁੰਡਿਆਂ ਨੇ ਮੈਨੂੰ ਕਾਲ ਆ ਰਿਹਾ, ਜਿਵੇਂ ਜਿਵੇਂ ਹੋਊਗਾ ਉਹ ਅੱਗੇ ਤੁਹਾਨੂੰ ਨੋਟ ਕਰਵਾ ਦਿੰਦਾ। ਦੇਖੋ ਜੀ, ਮੈਂ ਤੁਹਾਨੂੰ ਪਹਿਲਾਂ ਦੱਸਤਾ ਵੀ ਜਿਹੜੇ ਸਾਡੇ ਪ੍ਰਧਾਨ ਸਾਹਿਬ ਐ ਸੁਖਬੀਰ ਜੀ, ਉਹਨਾਂ ਨਾਲ ਤਾਂ ਸਾਨੂੰ ਮਿਲਣ ਦਾ ਰਾਬਤਾ ਹੀ ਨਹੀਂ ਕਰਨ ਦਿੰਦੇ। ਜਿਹੜੇ ਪੀਏ ਹੁੰਦੇ ਆ ਜੀ ਉਹਨਾਂ ਦੇ, ਤੇ ਜਾਂ ਜਿਹੜੇ ਲੋਕਲ ਆਪਣੇ ਲੋਕਲ ਹੈਗੇ ਹੈਗੇ ਲੀਡਰ, ਕਿਹਨੂੰ ਮਿਲਣਾ ਚਾਹੁੰਦੇ ਸੀ ਆਪਣੀ ਮੇਨ ਲੀਡਰ? ਮੈਂ ਤਾਂ ਆਪਦੇ ਪੱਖ ਰੱਖਣਾ ਚਾਹੁੰਦਾ ਸੀ ਜੀ, ਮੈਨੂੰ ਕੀ ਲੋੜ ਸੀ ਮੈਂ ਅੱਜ ਆ ਕੇ ਨਾ ਕਿਨਾ ਕਿਨਾ ਕੋਲ ਤੁਸੀਂ ਨਾਰਾਜ਼ਗੀ ਤੁਹਾਡੀ ਸ਼੍ਰੋਮਣੀ ਅਕਾਲੀ ਦਲ ਤੋਂ ਆ ਕਿ ਇਤਨੀ ਲੋਕਲ ਲੀਡਰਾਂ ਨਾਲ ਹੈ ਜੀ ਮੇਰੀ ਲੋਕਲ ਲੀਡਰਸ਼ਿਪ, ਸਾਨੂੰ ਉਰੇ ਹੋਣੀ ਨਹੀਂ ਦਿੰਦੇ। ਸਾਡੇ ਗਰਾਊਂਡ ਲੈਵਲ ਦਾ ਜਿਹੜਾ ਕੰਮ ਹੈ ਸਾਡੀ, ਜਿਹੜੇ ਸਾਰੇ ਨਹੀਂ ਲੈ ਰਹੇ ਵੀ ਅਸੀਂ ਕਿੰਨਾ ਵਰਕ ਕਰ ਰਹੇ ਹਾਂ ਜੀ, ਪ੍ਰਧਾਨ ਸਾਹਿਬ ਨੂੰ ਪਤਾ ਹੋਊਗਾ, ਫਿਰ ਹੀ ਅਸੀਂ ਕਿਤੇ ਜਾ ਕੇ ਉਹ ਕਰਾਂਗੇ ਨਾ। ਇਹ ਤਾਂ ਇੱਥੇ ਰਹਿੰਦੇ ਤੁਸੀਂ ਸਿੱਧਾ ਜਾ ਕੇ ਮਿਲਣਗੇ ਬਾਈ ਜੀ, ਮਿਲ ਤਾਂ ਹੀ ਦੇਣਗੇ। ਜਦੋਂ ਮੈਂ ਤੁਹਾਨੂੰ ਪਹਿਲਾਂ ਹੀ ਕਹੀ ਜਾਂਦਾ ਵੀ ਜਿਹੜੇ ਉਹਨਾਂ ਦੇ ਪੀਏ ਆ ਉਹੀ ਰਾਬਤਾ ਰੱਖਦੇ, ਉਹ ਮੂਹਰੇ ਹੋਣ ਹੀ ਨਹੀਂ ਹੁੰਦੇ। ਜੇ ਮੰਨ ਲਓ ਮੈਂ ਕਰਨ ਦੀ ਕੋਸ਼ਿਸ਼ ਕਰੂੰ, ਮੇਰਾ ਅਕਸ ਜ਼ੀਰੋ ਕਰ ਦੇਣਗੇ, ਅੱਜ ਤੋਂ ਦੇਖ ਲਿਓ ਸੋਸ਼ਲ ਮੀਡੀਆ 'ਤੇ ਪਾਉਣਾ ਸਟਾਰਟ ਕਰ ਦੇਣਗੇ। ਉਹ ਤਾਂ ਐਵੇਂ ਕਹਿਣਗੇ ਵੀ ਇਹ ਤਾਂ ਕਦੇ ਪ੍ਰਧਾਨ ਲੱਗੇ ਹੀ ਨਹੀਂ ਸੀ, ਹਾਲਾਂਕਿ ਮੈਂ ਤੁਹਾਨੂੰ ਇਹਦਾ ਜਿਹੜਾ ਆਫੀਸ਼ੀਅਲੀ ਐਡ ਆ ਤੁਹਾਡੇ ਇਕੱਲੇ ਇਕੱਲੇ ਨੂੰ ਨੱਥੀ ਕਰੂੰਗਾ ਵੀ ਕਦੋਂ ਮੈਨੂੰ ਬਣਾਇਆ ਸੀਗਾ, ਕਿਉਂਕਿ ਇਹਨਾਂ ਨੇ ਤਾਂ ਐਂ ਵੀ ਕਹਿਤਾ ਸੀਗਾ ਵੀ ਉਹ ਸਾਡੇ ਐਮ ਸੀ ਨਹੀਂ ਸੀ। ਠੀਕ ਹੈ ਨਾ ਜੀ, ਵੀ ਇਹ ਕੁਝ ਕਾਰਨ ਹੈ, ਇਹ ਯੂਥ ਦਾ ਦਰਦ ਹੈ, ਕਿਉਂਕਿ ਅਸੀਂ ਆਪਦਾ ਸਾਰਾ ਟਾਈਮ ਕੱਢ ਕੇ ਪੈਸਾ ਵੀ ਅਸੀਂ ਫੁੱਟਬਾਲ 'ਚੋਂ ਲਾਇਆ, ਇੱਕ ਦਿਨ ਗਏ ਹਾਂ ਰੈਲੀਆਂ 'ਚ, 12-12 15-15 ਬੱਸਾਂ ਭਰ ਕੇ ਲੈ ਕੇ ਆਉਂਦੇ ਨੇ, ਮੈਨੂੰ 10 ਤੋਂ 12 ਸਾਲ ਹੋ ਚੁੱਕੇ ਆ ਸਰ। ਓਫੀਸ਼ੀਅਲੀ ਤਾਂ ਜਿਹੜੇ ਵੀ ਕੋਈ ਧਰਨੇ ਧੁਰਨੇ 'ਚ ਹੁੰਦੇ ਸੀ ਉਹਦੇ 'ਚ ਆਏ, ਇੱਕ ਦੋ 'ਚ ਨਾਮ ਵੀ ਆਏ ਆ ਵੀ ਜਦੋਂ ਲੜਾਈਆਂ ਲੜੀਆਂ ਹੋ ਜਾਂਦੀਆਂ ਬੁੱਥਾਂ ਬਾਥਾਂ ਦੇ, ਉਹਦੇ 'ਚ ਸਾਨੂੰ ਹੀ ਮੂਹਰੇ ਕਰ ਦਿੰਦੇ ਸੀ। ਜਿਹੜੇ ਅਧੀਨ ਤਾਂ ਨਹੀਂ ਸਵੀਕਾਰਦੇ, ਹੁਣ ਦੂਜੀਆਂ ਪਾਰਟੀਆਂ ਚੋਂ ਆ ਕੇ ਇਹਨਾਂ ਨੂੰ ਲਾ ਦਿੰਦੇ ਨੇ, ਲੀਡਰ ਲਾ ਦਿੰਦੇ ਨੇ, ਤਾਂ ਉਹਨਾਂ ਦੀ ਗੱਲ ਨਹੀਂ ਸੁਣੀ ਜਾਂਦੀ, ਉਹਨਾਂ ਨੂੰ ਜ਼ੀਰੋ ਕਰ ਦਿੰਦੇ ਨੇ। ਜਿਹੜੇ ਕਈ ਮੇਰੇ ਵਰਗੇ ਆਖੀ ਜਿਵੇਂ ਮੈਂ ਘਰੇ ਬੈਠਾ ਸੀਗਾ ਜੀ, ਜਦੋਂ ਹੁਣ ਕੋਈ ਸੁਣਵਾਈ ਨਹੀਂ ਹੋਊਗੀ ਤਾਂ ਬੰਦਾ ਕੀ ਕਰੂਗਾ? ਪਰ ਮੈਂ ਇੱਕ ਮਨ ਬਣਾਇਆ ਵੀ ਮੇਰਾ ਹਲੇ ਕਿਸੇ ਪਾਰਟੀ 'ਚ ਕੋਈ ਜਾਣ ਦਾ ਕੋਈ ਉਹ ਨਹੀਂ ਹੈਗਾ। ਅੱਗੇ ਵਾਲੀ ਜਿਹੜੀ ਨੀਤੀ ਹੈ ਅਸੀਂ ਇਹਦੇ 4 ਭਰਾਵਾਂ ਨਾਲ ਡਿਸਕਸ਼ਨ ਵੀ ਕਰਾਂਗੇ, ਆਪਣੀ ਟੀਮ ਨਾਲ ਵੀ ਡਿਸਕਸ਼ਨ ਕਰਾਂਗੇ, ਇੱਥੇ ਜਿਹੜਾ ਰਾਹ ਬਣਦਾ ਹੋਗਾ ਉਹ ਆਪਾਂ ਦੇਖਾਂਗੇ। ਮੈਸੇਜ ਇਹੀ ਦੇਣਾ ਚਾਹੁੰਦਾ ਜੀ, ਪਾਰਟੀ ਬਹੁਤ ਵਧੀਆ ਹੈ, ਪਰ ਗੱਲ ਇਹ ਹੈ ਵੀ ਜਿਹੜੇ ਗਰਾਊਂਡ ਵਰਕਰ ਤੁਹਾਡੇ ਹੈ ਉਹਨਾਂ ਤੋਂ ਬਿਨਾਂ ਪਾਰਟੀ ਦੇ ਜਿਹੜੇ ਉੱਚੇ ਲੀਡਰ ਆ ਉਹਨਾਂ ਦਾ ਕਿਰਦਾਰ ਵੀ ਜ਼ੀਰੋ ਹੋ ਜੂਗਾ ਆਉਣ ਵਾਲੇ ਟਾਈਮ 'ਚ। ਜਿਵੇਂ ਪਹਿਲਾਂ ਮੇਰੇ ਭਰਾ ਵੀ ਜਿਹੜੇ ਛੱਡ ਕੇ ਗਏ ਨੇ, ਜਿਵੇਂ ਐਮ ਸੀ ਛੱਡੇ ਆ, ਆਈ ਟੀ ਵਿੰਗ ਦੇ ਪ੍ਰਧਾਨ ਵੀ ਗਏ ਆ, ਮਤਲਬ ਸਾਰਾ ਅਕਾਲੀ ਦਲ ਤਕਰੀਬਨ ਖਾਲੀ ਹੋ ਚੁੱਕਿਆ, ਅਤੇ ਇਹ ਸਮਝਣਾ ਚਾਹੀਦਾ ਵੀ ਉਹ 'ਚ ਕਮੀ ਕਿੱਥੇ ਹੈ, ਜਿਹੜੀ ਸੀਨੀਅਰ ਲੀਡਰਸ਼ਿਪ ਉਹਨਾਂ ਨੂੰ ਬਿਠਾ ਕੇ ਇੱਕ ਵਾਰੀ ਰਾਬਤਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਨਾ ਕਿ ਆਪਣੇ ਪੀਆਂ 'ਤੇ ਜਿਹੜੀ ਲੋਕਲ ਲੀਡਰਸ਼ਿਪ ਆ ਬਿਨਾਂ ਪੁੱਛੀ, ਜਾਂ ਮਤਲਬ ਜਿਹੜੀ ਸਮਝਦੀ ਨਹੀਂ ਗੱਲ, ਇੰਨਾ ਇੰਨਾ ਟਾਈਮ ਹੋ ਗਿਆ ਉਹ ਬਿਲਕੁਲ ਸਰ ਬਿਲਕੁਲ ਹੀ ਨਹੀਂ ਹੈਗਾ, ਕੁਛ ਨਹੀਂ ਹੈਗਾ, ਸਾਨੂੰ ਆਪਣੇ ਅਹੁਦੇਦਾਰਾਂ ਦਾ ਵੀ ਸਾਨੂੰ ਕੋਈ ਅਹੁਦੇ ਲੈ ਕੇ ਅਸੀਂ ਵੀ ਕੱਟ ਲਿਆ ਜੀ। ਨਹੀਂ ਤੁਸੀਂ ਇਹ ਗੱਲ ਕਹੇ ਵੀ ਪਾਰਟੀ ਵਧੀਆ ਅਕਾਲੀ ਦਲ, ਪਾਰਟੀ ਵਧੀਆ ਜੀ, ਮੈਂ ਤਾਂ ਆਪ ਕਹਿੰਦਾ ਜੀ ਤੁਹਾਨੂੰ ਨਾ ਲੈਣਗੇ ਮੰਨ ਜਾਓਗੇ? ਸਰ ਦੇਖੋ, ਜਦੋਂ ਪਹਿਲਾਂ ਵੀ ਮੈਸੇਜ ਲਾਏ ਆ ਜੀ, ਇਹ ਜੀ ਗੱਲ ਨਹੀਂ ਵੀ ਹੁਣ ਹੀ ਲਾ ਰਿਹਾ ਮੈਂ, ਪਹਿਲਾਂ ਮੈਸੇਜ ਤੋਂ ਪਹਿਲਾਂ ਵੀ ਮਤਲਬ 2 ਸਾਲ ਤੋਂ ਇਹ ਕੋਸ਼ਿਸ਼ ਚੱਲ ਰਹੀ ਹੈ ਵੀ ਨਾਰਾਜ਼ਗੀ ਹੈ, ਨਾਰਾਜ਼ਗੀ ਸਾਡੇ ਨਾਲ ਤੱਕ ਨਰਾਬਤਾ ਕਰਨ ਦੀ ਕੋਸ਼ਿਸ਼। ਨਿਰਜ਼ੈਨ ਕਰਨ ਦਾ ਤੁਹਾਡਾ ਮੇਨ ਪਾਰਟੀ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਤੁਸੀਂ ਕਹਿ ਰਹੇ ਹੋ ਵੀ ਪਾਰਟੀ ਬਹੁਤ ਵਧੀਆ, ਪਾਰਟੀ ਤਾਂ ਜੀ ਅਸੀਂ ਕਹਿੰਦੇ ਤਾਂ ਅਸੀਂ ਨਾਲ ਖੜੇ ਸੀ, ਪਾਰਟੀ ਬੰਦਿਆਂ ਨਾਲ ਹੁੰਦੀ ਨਾ ਬਈ, ਪਾਰਟੀ ਬੰਦਿਆਂ ਨਾਲ ਹੁੰਦੀ ਹੈ, ਵਰਕਰਾਂ ਨਾਲ ਹੁੰਦੀ ਹੈ ਜੀ, ਉਹਨਾਂ ਦੀ ਮਿਹਨਤ ਨਾਲ ਹੁੰਦੀ ਹੈ। ਜਦੋਂ ਜਿਹੜੇ ਹੁਣ ਐਮ ਸੀ ਗਏ ਆ ਜੀ ਆਪਣੇ, ਜਿਹੜੇ ਐਮ ਸੀ ਗਏ ਉਹਨਾਂ ਦੀ ਗਲਤੀ ਕੀ ਸੀਗੀ? ਉਹਨਾਂ ਦੀ ਗਲਤੀ ਇਹ ਸੀ ਵੀ ਉਹਨਾਂ ਨੇ ਨਾ ਤਾਂ ਜਿਹੜੀ ਉਹ ਮੇਅਰ ਸੀਗੀ, ਨਾ ਤਾਂ ਉਹ ਕੋਈ ਕਾਂਗਰਸ ਦੀ ਮੇਅਰ ਸੀਗੀ, ਨਾ ਉਹ ਕੋਈ ਬੀਜੇਪੀ ਦੀ ਸੀ, ਨਾ ਅਕਾਲੀ ਦਲ ਦੀ ਸੀ, ਉਹਨਾਂ ਨੇ ਤਾਂ ਸਿਰਫ ਇੱਕ ਆਪਦਾ ਅਧਿਕਾਰ ਸਮਝਿਆ
ਵੀ ਇੱਕ ਉਹਨਾਂ ਨੂੰ ਲਾਇਆ ਜਾਵੇ, ਕਿਉਂਕਿ ਜਦੋਂ ਮੇਅਰ ਕੰਮ ਹੀ ਨਹੀਂ ਕਰ ਰਹੀ ਸੀ ਫਿਰ ਉਹਨਾਂ ਨੇ ਆ ਕੇ ਉਹਨਾਂ ਦਾ ਇੱਕ ਪੱਖ ਰੱਖੇ ਬਿਨਾਂ ਇੰਨੇ ਪੁਰਾਣੇ ਵਰਕਰਸ ਜਿਨ੍ਹਾਂ ਦੇ ਵਿੱਚ ਇੱਕ ਹਰਪਾਲ ਜੀ ਯੂਥ ਅਕਾਲੀ ਦਲ ਦੇ ਵੀ ਰਹੇ ਆ, ਅਤੇ ਆਪਣੇ ਛਿੰਦਾ ਜੀ ਹੈ, ਰਣਿੰਦਰ ਰਾਣਾ ਜੀ ਹੈ, ਮੱਖਣ ਜੀ ਹੈ, ਉਹਨਾਂ ਨੇ ਮਿਹਨਤ ਸਦਕਾ ਜਿਹੜੀ ਉਹ ਮੈਂਬਰਸ਼ਿਪ ਸੀਗੀ, ਕੌਂਸਲਰਸ਼ਿਪ ਸੀਗੀ, ਉਹ ਜਿੱਤੀ ਸੀ। ਉਹਨਾਂ ਦਾ ਪੱਖ ਸੁਣਨਾ ਚਾਹੀਦਾ ਸੀ, ਮਤਲਬ ਤਾਲਮੇਲ ਦੀ ਕਮੀ। ਤੁਹਾਡੇ ਕੰਮ ਸਾਰੇ ਸੁਖਬੀਰ ਬਾਦਲ ਨਾਲ ਹੀ ਸੀਗੇ ਉੱਥੋਂ? ਉਹਨਾਂ ਤੱਕ ਨਹੀਂ ਜੀ, ਸਾਡੇ ਤਾਂ ਲਗਾ ਰੱਖੇ ਸੀਗੇ ਅਰਸ਼ਦੀਪ ਜੀ ਰੋਮੀ। ਸਾਡੇ ਤਾਂ ਸਰ ਜਦੋਂ ਐਕਟਿਵ ਹੁੰਦੀ ਹੈ, ਮੈਂ ਇੱਕ ਚੀਜ਼ ਦੱਸਦਾ, ਐਕਟਿਵ ਹੁੰਦੀ ਹੈ ਇਲੈਕਸ਼ਨ, ਐਸ ਓ ਆਈ ਦਾ ਕੰਮ ਬਸ ਇਲੈਕਸ਼ਨਾਂ ਦੇ ਵਿੱਚ ਮਤਲਬ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਉਹਨਾਂ ਦੀ ਪ੍ਰਚਾਰ ਦੇ ਵਿੱਚ ਹੈਲਪ ਕਰਨਾ ਹੁੰਦਾ, ਅਤੇ ਹਾਂਜੀ ਜਿਹੜੇ ਉਹਨਾਂ ਦੇ ਕੰਮ ਹੁੰਦੇ ਉਹਨਾਂ ਨੂੰ ਯੂਥ ਤੱਕ ਪਹੁੰਚਾਉਣਾ। ਜਦੋਂ ਸੱਤਾ 'ਚ ਹੁੰਦੀ ਹੈ ਫਿਰ ਅਕਾਲੀ ਦਲ ਜਦੋਂ ਸੱਤਾ 'ਚ ਹੁੰਦਾ ਉਦੋਂ ਵੀ ਨਹੀਂ ਪੁੱਛਦੇ? ਸਰ ਸੱਤਾ ਦੇ ਵਿੱਚ ਹੁੰਦੀ ਆ, ਮੈਂ ਤਾਂ ਹੁਣ ਇਹ ਕਹਿ ਰਿਹਾ ਵੀ ਹਾਲੇ ਸੱਤਾ 'ਚ ਹੈ ਨਹੀਂ, ਹਾਲੇ ਨਹੀਂ ਪੁੱਛਦੇ, ਜਦੋਂ ਸੱਤਾ 'ਚ ਆ ਗਿਆ ਉਦੋਂ ਤਾਂ ਪੁੱਛਣਾ ਨਹੀਂ ਹੈ। ਲੱਗਦਾ ਵੀ ਜਿਹੜੇ ਯੂਥ ਨੂੰ ਸਿਰਫ ਇਲੈਕਸ਼ਨਾਂ ਵਾਲੇ ਹੀ ਵਰਤਿਆ ਜਾਂਦਾ? ਬਿਲਕੁਲ ਸਰ, ਬਿਲਕੁਲ ਯੂਥ ਨੂੰ ਇਲੈਕਸ਼ਨਾਂ ਵੇਲੇ ਵਰਤਿਆ ਜਾਂਦਾ, ਉਹਨਾਂ ਦੇ ਫਿਰ ਪਰਚੇ ਪੈਂਦੇ ਆ ਜੀ, ਜਦੋਂ ਪਰਚੇ ਪੈਂਦੇ ਆ ਫਿਰ ਉਹਨਾਂ ਦਾ ਫਿਊਚਰ ਖਰਾਬ ਹੁੰਦਾ, ਫਿਰ ਉਹ ਗੈਂਗਸਟਰਵਾਦ ਨੂੰ ਵਧਦੇ। ਸ਼ਾਇਦ ਇਹ 'ਚ ਸਮਾਂ, ਇਹ ਗੱਲ ਸਮਝਣ 'ਚ ਮੈਨੂੰ ਵੀ ਥੋੜ੍ਹਾ ਜਿਹਾ ਸਮਾਂ ਲੱਗ ਗਿਆ, ਪਰ ਚਲੋ ਮੈਂ ਆਉਣ ਵਾਲੇ ਯੂਥ ਨੂੰ ਇਹੀ ਬੇਨਤੀ ਕਰਦਾ ਵੀ ਆਪਦਾ ਸਮਾਂ ਅਤੇ ਟਾਈਮ ਖਰਾਬ ਨਾ ਕਰੋ, ਅਤੇ ਆਪਦੀ ਲਾਈਫ ਦੇ ਵਿੱਚ ਅੱਗੇ ਰਹੋ, ਅਤੇ ਐਵੇਂ ਗਲਤ ਪੱਖੀ ਕਦਮ ਨਾ ਵਧਾਓ। ਸਬਸਕ੍ਰਾਈਬ ਕੀਜੀਏ ਹਮਾਰੇ ਚੈਨਲ ਕੋ, ਬੈਲ ਆਈਕਨ ਕੋ ਦਬਾਈਏ ਹਮਾਰੀ ਲੇਟੈਸਟ ਵੀਡੀਓ ਸਭ ਸੇ ਪਹਿਲੇ ਦੇਖਣੇ ਕੇ ਲੀਏ।